ਮੈਂ ਪਲੱਸ ਟੂ 2020 ਚ ਕੀਤੀ ਸੀ। ਓਕੇ ਤੇ ਮੈਂ ਪਹਿਲਾਂ ਮੈਂ ਅਪਲਾਈ ਕੀਤਾ ਸੀ ਕੈਨੇਡਾ ਵਾਸਤੇ। ਹਾਂ ਹਾਂ ਤੇ ਮੇਰੇ ਟੌਪ ਡੀਲ ਚ 5.5 ਸੀ। ਓਕੇ ਤੇ ਵੀਜ਼ਾ ਫਿਰ ਹਾਂ ਆਇਆ ਨਹੀਂ? ਅੱਛਾ ਵੀਜ਼ਾ ਨਹੀਂ ਆਇਆ। ਕਾਲਜ ਕਿਹੜਾ ਸੀ ਤੁਹਾਡਾ? ਕਿਹੜਾ ਕਾਲਜ ਸੀਗਾ? ਮੈਂ ਪੈਕੇਜ ਕੀਤਾ ਸੀ। ਅੱਛਾ ਪੈਕੇਜ ਦੇ ਵਿੱਚ ਸੀਗੇ। ਓਕੇ ਓਕੇ ਤੇ ਤੇ ਹੁਣ ਕੀ ਤੁਹਾਨੂੰ ਸਵਾਲ ਹੈ ਹਰਦੀਪ, ਕੀ ਪੁੱਛਣਾ? ਤੋਂ ਬਾਅਦ ਚ ਮੈਂ ਆਇਲ ਚ ਦੁਬਾਰਾ ਰਿਪੀਟ ਕੀਤੀ ਮੇਰੀ 1.5 ਨੇ। ਹੁਣ 1 ਚੋਂ 5.5 ਨੇ? ਹਾਂਜੀ। ਤੇ ਤੁਸੀਂ ਕੋਈ ਜੌਬ ਜੂ ਵੀ ਕਰਦੇ ਹੋ ਕਿ ਨਹੀਂ? ਨਹੀਂ ਜੀ, ਮੈਂ ਜੌਬ ਨਹੀਂ ਕਰ ਰਿਹਾ। ਮੈਂ ਇੱਥੇ ਫਿਰ ਗ੍ਰੈਜੂਏਸ਼ਨ ਪਰਜੂ ਕਰ ਲਈ ਸੀ ਆਪਣਾ। ਅੱਛਾ ਗ੍ਰੈਜੂਏਸ਼ਨ ਸਟਾਰਟ ਕਰ ਲਈ ਹੈ। ਓਕੇ ਤੇ ਪੂਰੀ ਹਲੇ ਨਹੀਂ ਹੋਈ ਹਨਾ? ਨਹੀਂ ਜੀ, ਨਹੀਂ ਪੂਰੀ ਨਹੀਂ ਹੋਈ। ਹਾਂ ਪਲੱਸ ਟੂ ਦੇ ਬੇਸ ਤੇ ਕਰ ਰਿਹਾ ਹਾਂ। ਅੱਛਾ ਨੋਨ ਮੈਡੀਕਲ ਸਟ੍ਰੀਮ ਤੇ ਵੀ 68% ਮਾਰਕਸ ਹੈ। ਠੀਕ ਹੈ, ਚਲੋ ਤੁਸੀਂ ਹਰਦੀਪ ਹੁਣ ਜਵਾਬ ਲੈ ਲੈਣਾ ਆਪਣਾ ਟੀਵੀ ਸਕਰੀਨ ਦੇ ਉੱਪਰ। ਗੁਰਪ੍ਰੀਤ ਮੈਮ 5.5 ਜੀ 1 ਚੋਂ, ਤੇ ਪਹਿਲਾਂ ਰਿਫਿਊਜ਼ਲ ਵੀ ਆਈ ਹੋਈ ਹੈ ਤੇ ਗ੍ਰੈਜੂਏਸ਼ਨ ਵੀ ਚੱਲ ਰਹੀ ਹੈ। ਜਿਵੇਂ ਕਵਿਤਾ ਜੀ ਇਹਨਾਂ ਨੇ ਦੱਸਿਆ ਕਿ ਆਈਲੈਟਸ ਰਿਪੀਟ ਕਰਕੇ ਆਈਲੈਟਸ ਸਕੋਰ ਇਹਨਾਂ ਨੇ ਇੰਪਰੂਵ ਕੀਤਾ, ਬਹੁਤ ਅੱਛੀ ਗੱਲ ਹੈ। ਗ੍ਰੈਜੂਏਸ਼ਨ ਨਾਲ ਚੱਲ ਰਹੀ ਹੈ, ਇੱਕ ਪਲੱਸ ਪੁਆਇੰਟ ਅਸੀਂ ਇੱਥੇ ਪੜ੍ਹ ਰਹੇ ਹਾਂ ਕਿ ਕੈਰੀਅਰ ਕੌਨਸ਼ੀਅਸ ਹਾਂ। ਨੋਨ ਮੈਡੀਕਲ ਸਟ੍ਰੀਮ ਦਾ ਬੱਚਾ ਦੱਸ ਰਿਹਾ ਆਪਣੇ ਆਪ ਨੂੰ, ਅਪਲਾਈ ਹੋ ਜੂਗਾ ਰਿਫਿਊਜ਼ਲਸ, ਕੀ ਰੀਜ਼ਨਸ ਨੇ, ਕਿਹੜੇ ਬੇਸ ਦੇ ਉੱਤੇ ਵੀਜ਼ਾ ਅਫਸਰ ਨੇ ਤੁਹਾਨੂੰ ਰਿਫਿਊਜ਼ ਕੀਤਾ ਹੈ, ਕਿਸ ਕੋਰਸ ਬੇਸ 'ਤੇ ਜਾਂ ਤੁਹਾਡੇ ਪਰਮਿਸ ਬੇਸ 'ਤੇ ਜਾਂ ਕ੍ਰਾਈਟੀਰੀਆ ਮੈਚ ਨਹੀਂ ਕੀਤਾ ਤੁਹਾਡਾ ਜਿੱਥੇ ਅਪਲਾਈ ਕੀਤਾ ਸੀ, ਉਹ ਸਾਰਾ ਕੁਛ ਦੇਖਣ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਫਰਦਰ ਗਾਈਡ ਕਰ ਸਕਦੀ ਹਾਂ। ਬਾਕੀ ਤੁਸੀਂ ਅਪਲਾਈ ਕਰ ਲਓ, ਜਿਵੇਂ ਤੁਹਾਡਾ ਕੋਈ ਗੈਪ ਨਹੀਂ ਹੈ, 1.5 'ਤੇ 20 ਵੀਜ਼ਾ ਨਿਕਲ ਰਹੇ ਨੇ ਜੀ, ਸੋ ਤੁਸੀਂ ਅਪਲਾਈ ਕਰ ਸਕਦੇ ਹੋ। ਅੱਛਾ ਫਿਰ ਹੁਣ ਇਨਟੇਕ ਕਿਹੜਾ ਸਟੂਡੈਂਟਸ ਜਿਹੜੇ ਨਵੇਂ ਹੁਣ ਐਡਮਿਸ਼ਨ? ਦੇਖੋ ਕਵਿਤਾ ਜੀ, ਜਿਵੇਂ ਮੰਨ ਲਓ ਬੱਚਾ ਇੱਕ ਸਿਰਫ ਇਹ ਸੋਚਦਾ ਮੈਂ ਡਿਗਰੀ ਪ੍ਰੋਗਰਾਮ ਲਈ ਨਹੀਂ ਜਾਣਾ, ਮੈਂ ਡਿਪਲੋਮੇ ਲਈ ਜਾਣਾ, ਤੇ ਉਹਦੇ ਲਈ ਨਵੰਬਰ ਇਨਟੇਕ ਅਵੇਲੇਬਲ ਆ, ਨਹੀਂ ਤੇ ਜਨਵਰੀ ਇਨਟੇਕ ਵੀ ਹੈਗਾ। ਦੇਖੋ ਸਤੰਬਰ ਇਨਟੇਕ ਬਹੁਤ ਨੇੜੇ ਆ ਚੁੱਕਿਆ, ਉਹਦੇ 'ਚ ਪੋਸੀਬਲ ਜਿਹੜਾ ਕੁਛ ਬੱਚਿਆਂ ਲਈ ਵੀ ਨਹੀਂ ਹੁੰਦਾ, ਸਾਡੇ ਕੋਲ ਸੀਟਸ ਅਵੇਲੇਬਲ ਨੇ ਜੇ ਤੁਹਾਡੇ ਕੋਲ ਟਿਊਸ਼ਨ ਫੀਸ GIC ਤਿਆਰ ਪਿਆ ਹੈ, ਸਾਰਾ ਕੁਛ ਡਾਕੂਮੈਂਟਸ ਤਿਆਰ ਨੇ, ਤੇ ਸਤੰਬਰ ਇਨਟੇਕ ਲਈ ਸਾਡੇ ਕੋਲ ਕੁਛ ਜਿਹੜੀਆਂ ਸੀਟਸ ਅਵੇਲੇਬਲ ਨੇ, ਤੁਸੀਂ ਅਪਲਾਈ ਕਰਕੇ ਉਹਦੇ ਵਿੱਚ ਵੀਜ਼ਾ ਲੈ ਕੇ ਜਾ ਸਕਦੇ ਹੋ। ਬਾਕੀ ਨਵੰਬਰ ਇਨਟੇਕ ਸਾਡੇ ਕੋਲ ਫਾਲ ਇਨਟੇਕ ਹੈਗਾ, ਤੇ ਜੇ ਬੱਚੇ ਜਿਹੜੇ ਪਲੱਸ ਟੂ ਇੱਥੇ ਕਰ ਰਹੇ ਨੇ, ਜਿਨ੍ਹਾਂ ਨੇ ਫਰਦਰ ਅੱਗੇ ਅਪਲਾਈ ਕਰਨਾ ਹੈ, ਆਈਲੈਟਸ ਸਟਾਰਟ ਕੀਤਾ, ਉਹ ਜਨਵਰੀ ਇਨਟੇਕ ਦੀਆਂ ਕੰਡੀਸ਼ਨਲ ਆਫਰ ਲੈਟਰ ਮੰਗਾ ਕੇ ਰੱਖ ਲਿਆ।